ਜੀ ਆਸਟ੍ਰੇਲੀਆ ਦਾ ਸ਼ਹਿਰ ਮੈਲਬੋਰਨ ਜਿੱਥੇ ਖੱਕ ਪ੍ਰੋਡਕਸ਼ਨਜ਼ ਦੇ ਵੱਲੋਂ ਆਸਟ੍ਰੇਲੀਅਨ ਵਿਸ਼ਵ ਕਬੱਡੀ ਕੱਪ 2019 ਦਾ ਆਯੋਜਨ ਕੀਤਾ ਗਿਆ। ਸਨਸ਼ਾਈਨ ਇਲਾਕੇ ਦੇ ਨਾਈਟ ਸਟੇਡੀਅਮ 'ਚ ਕਰਵਾਏ ਗਏ ਇਸ ਕਬੱਡੀ ਕੱਪ 'ਚ ਹਜ਼ਾਰਾਂ ਦੀ ਗਿਣਤੀ 'ਚ ਕਬੱਡੀ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਅਤੇ ਆਸਟ੍ਰੇਲੀਆ ਦੇ ਨਾਲ ਨਾਲ ਕਈ ਹੋਰ ਦੇਸ਼ਾਂ ਦੇ ਲੋਕ ਵੀ ਇਸ ਕਬੱਡੀ ਕੱਪ ਦਾ ਹਿੱਸਾ ਬਣਨ ਲਈ ਪਹੁੰਚੇ। ਇਸ ਵਿਸ਼ਵ ਕਬੱਡੀ ਕੱਪ 'ਚ 6 ਦੇਸ਼ਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਭਾਰਤ, ਕੈਨੇਡਾ, ਅਮਰੀਕਾ, ਯੂਕੇ ਦੀਆਂ ਟੀਮਾਂ 'ਚ ਕਬੱਡੀ ਜਗਤ ਦੇ ਚੋਟੀ ਦੇ ਖਿਡਾਰੀਆਂ ਨੇ ਭਾਗ ਲਿਆ। ਕਬੱਡੀ ਕੱਪ 'ਚ ਬੈਸਟ ਰੇਡਰ ਸੰਦੀਪ ਲੂਟਰ ਅਤੇ ਬੈਸਟ ਜਾਫੀ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਇਨਾਮ ਵਜੋਂ ਮਿਲੇ ਅਤੇ ਹੋਰ ਦਰਸ਼ਕ ਸਰਬਜੋਤ ਸਿੰਘ ਨੇ ਲੱਕੀ ਡਰਾਅ ਦੇ ਰਾਹੀਂ ਫੋਰਡ ਮਸਟੈਂਗ ਕਾਰ ਜਿੱਤੀ, ਜਿਸ ਦਾ ਮੁੱਲ $60,000 ਹੈ, ਜਿਸ ਦਾ ਸੁਪਨਾ ਕਈ ਵੇਖਦੇ ਨੇ। ਅਤੇ ਇਸ ਮੌਕੇ ਆਸਟ੍ਰੇਲੀਆ 'ਚ ਭਾਰਤੀ ਮੂਲ ਦੀ ਪਹਿਲੀ ਮੈਂਬਰ ਪਾਰਲੀਮੈਂਟ ਕੌਸ਼ਲਿਆ ਵਾਗੇਲਾ ਮੁੱਖ ਮਹਿਮਾਨ ਵਜੋਂ ਪੁੱਜੀ। I'm very privileged and honored to be invited to this beautiful event. I'm thankful to Haag Productions, Laudeep Haagji and Art Haagji to bring this beautiful sports event to our most multicultural state. Before I go ahead, I would like to acknowledge the traditional owners of the land on which we have gathered and pay my respect to their elders, past, present and future. It's a lovely day today. Laudeep ji, thank you very much for organizing such event. Events like this, they bring harmony. It gives us an opportunity to display our culture and the sports kabaddi that we all love. ਇਸ ਕਬੱਡੀ ਕੱਪ ਦੇ ਸਾਰੇ ਮੈਚ ਰੋਚਕ ਤੇ ਫਸਮੇ ਸੀ। ਕਰੀਬ 9 ਘੰਟੇ ਤੱਕ ਚੱਲੇ ਇਸ ਵਿਸ਼ਵ ਕਬੱਡੀ ਕੱਪ 'ਚ ਦਰਸ਼ਕਾਂ ਦੀਆਂ ਤਾੜੀਆਂ ਤੇ ਹੱਲਾ ਸ਼ੇਰੀ ਨੇ ਖਿਡਾਰੀਆਂ ਦੀ ਖੂਬ ਹੌਸਲਾ ਅਫਜ਼ਾਈ ਕੀਤੀ। ਉੱਥੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। 5ਵੇਂ ਕਬੱਡੀ ਵਰਲਡ ਕੱਪ ਨੌਰਥ ਦੇ ਵਿੱਚ ਮੈਲਬੋਰਨ ਨਾਈਟ ਸਟੇਡੀਅਮ ਦੇ ਵਿੱਚ ਕਰਾਇਆ ਗਿਆ, ਜਿਹਦੇ ਵਿੱਚ ਸਾਨੂੰ ਬਹੁਤ ਭਰਮਾ ਵਗੈਰਾ ਮਿਲਿਆ ਅਤੇ ਬਹੁਤ ਵਧੀਆ ਜਿਹੜਾ ਕੱਪ ਪਿੱਛੇ ਦੇਖ ਨੂੰ ਚੱਲ ਰਿਹਾ ਹੈ। ਸਾਨੂੰ ਜਿਹੜਾ ਇੰਨਾ ਮਤਲਬ ਅਸੀਂ ਸੋਚਿਆ ਨਹੀਂ ਸੀ ਕਿ ਇੰਨਾ ਇਕੱਠ ਹੋਊਗਾ। ਜਿਹੜਾ ਮੈਲਬੋਰਨ ਦੇ ਲੋਕਾਂ ਨੇ, ਆਸਟ੍ਰੇਲੀਆ ਦੇ ਲੋਕਾਂ ਨੇ ਜਿਹੜਾ ਉਹ ਸਾਨੂੰ ਇੰਨਾ ਮਾਣ ਦਿੱਤਾ ਕਿ ਅਸੀਂ ਸਾਡੀ ਟੀਮ ਨੇ ਮਿਹਨਤ ਕੀਤੀ ਸੀ ਰਲ ਮਿਲ ਕੇ, ਉਹਦਾ ਸਾਨੂੰ ਅੱਜ ਜਿਹੜਾ ਉਹ ਮੁੱਲ ਮੁੜ ਗਿਆ ਕਿ ਜੇ ਤੁਸੀਂ ਪਿੱਛੇ ਦੇਖੋ ਤਾਂ ਸਾਰਾ ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਭਰਿਆ ਆ ਅਤੇ ਮੈਚ ਕਬੱਡੀ ਦੇ ਹੋ ਰਹੇ ਆ, ਲੋਕ ਇੰਜੋਏ ਕਰ ਰਹੇ ਆ। ਸਭ ਤੋਂ ਵੱਡੀ ਗੱਲ ਕਿ ਕਬੱਡੀ ਦੇ ਮੈਚਾਂ ਦੇ ਵਿੱਚ ਜਿਹੜੀ ਆਡੀਅੰਸ ਆ ਉਹ ਕੋਈ ਵੀ ਸ਼ੋਰ ਸ਼ਰਾਬੇ ਤੋਂ ਬਿਨਾਂ ਦੇਖ ਰਿਹਾ ਮੈਚ, ਕਿਉਂਕਿ ਉਹਨਾਂ ਦਾ ਸਾਰਾ ਇੰਟਰਸਟ ਜਿਹੜਾ ਉਹ ਮੇਰਾ ਦੇ ਵਿੱਚ ਮੈਚ ਦੇਖਣ 'ਚ ਆ। ਅਤੇ ਸਾਨੂੰ ਜਿਹੜਾ ਅਸੀਂ ਥੈਂਕ ਯੂ ਕਰਦੇ, ਸਾਨੂੰ ਬਹੁਤ ਖੁਸ਼ੀ ਆ ਕਿ ਜਿਹੜਾ ਅਸੀਂ ਥੈਂਕਸ ਕਰਦੇ ਲੋਕਾਂ ਦਾ ਜਿਨ੍ਹਾਂ ਨੇ ਸਾਡਾ ਜਿਹੜਾ ਆ ਉਹ ਪੂਰਾ ਕੀਤਾ ਆ, ਜਿਹੜਾ ਸੁਪਨਾ ਜਿਹੜਾ ਸਾਡੀ ਟੀਮ ਨੇ ਲਿਆ ਸੀਗਾ। ਅਤੇ ਇੱਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਅਤੇ ਅਸੀਂ ਤੁਹਾਡੇ ਲਈ ਜਿਹੜਾ ਵਾ ਇਹ ਤਾਂ ਕੁਝ ਨਾ ਕੁਝ ਲੈ ਕੇ ਆਉਂਦੇ ਰਹਾਂਗੇ। ਮੇਰੇ ਵੈਦਰ ਸੀ ਥੋੜ੍ਹਾ, ਉਹਨੇ ਸਾਥ ਨਹੀਂ ਦਿੱਤਾ, ਪਰ ਫਿਰ ਵੀ ਅਸੀਂ ਸ਼ੁਕਰ ਗੁਜ਼ਾਰ ਹਾਂ ਲੋਕਾਂ ਦੇ, ਸਾਡੇ ਜਿਨ੍ਹਾਂ ਨੇ ਪਿਆਰ ਕੀਤਾ ਉਸ ਪੰਜਾਬੀਅਤ ਦੇ, ਉਹਨਾਂ ਪੰਜਾਬੀਆਂ ਦੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਪ੍ਰਭਾਵ ਕਰਾ। ਸਾਡੀਆਂ ਐਕਸਪੈਕਟੇਸ਼ਨ ਇੰਨੀਆਂ ਨਹੀਂ ਸੀ ਅਕੋਰਡਿੰਗ ਟੂ ਵੈਦਰ, ਪਰ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਜਿਹੜਾ ਸਾਨੂੰ ਹੁਬਾਰਾ ਮਿਲਿਆ। ਇਸ ਵਰਲਡ ਕੱਪ ਦੀ ਖਾਸੀਅਤ ਇਹ ਸੀ ਕਿ ਜੋ ਵੀ ਦਰਸ਼ਕ ਟਿਕਟ ਖਰਚ ਕੇ ਇਸ ਕਬੱਡੀ ਕੱਪ ਨੂੰ ਦੇਖਣ ਆਇਆ ਹੋਇਆ ਸੀ, ਉਸਦੀ ਟਿਕਟ ਦਾ ਇੱਕ ਹਿੱਸਾ ਇੱਕ ਡੱਬੇ 'ਚ ਪਾ ਦਿੱਤਾ ਜਾਂਦਾ ਸੀ, ਜਿਸ 'ਚੋਂ ਬਾਅਦ 'ਚ ਮੈਚ ਦੇ ਅੰਤ 'ਚ ਲੱਕੀ ਡਰਾਅ ਕੱਢਿਆ ਗਿਆ ਅਤੇ ਕਰੀਬ 60,000 ਮੁੱਲ ਦੀ ਮਸਟੈਂਗ ਕਾਰ ਦਰਸ਼ਕ ਨੂੰ ਲੱਕੀ ਡਰਾਅ ਦੇ ਰਾਹੀਂ ਦਿੱਤੀ ਗਈ। ਮੇਰੀ ਯਾਨੀ ਕਿ ਸਤਿੰਦਰ ਚਾਵਲਾ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਖੱਕ ਪ੍ਰੋਡਕਸ਼ਨ ਨੇ ਆਸਟ੍ਰੇਲੀਆ ਵਿੱਚ ਮੈਲਬੋਰਨ ਵਿਖੇ ਇੱਕ ਇਤਿਹਾਸ ਰਚਦਾ ਹੈ, ਜਿਹੜਾ ਵਰਲਡ ਕੱਪ ਕਬੱਡੀ ਇਹਨਾਂ ਨੇ ਕਰਾਇਆ। ਕਾਫੀ ਕੰਟਰੀਜ਼ ਦੀ ਟੀਮਾਂ ਆਈਆਂ ਇੱਥੇ, ਹੁਣ ਸੈਮੀਫਾਈਨਲ ਮੈਂ ਦੇਖਿਆ ਇੰਡੀਆ ਵਰਸਿਸ ਆਸਟ੍ਰੇਲੀਆ, ਅਤੇ ਮਤਲਬ ਬਹੁਤ ਰੋਮਾਂਚਕ ਚੱਲਦਾ ਪਿਆ। ਔਰ ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਇਸ ਕਬੱਡੀ ਵਿੱਚ ਮੈਂ ਪਹਿਲੀ ਵਾਰ ਦੇਖਿਆ ਕਿ ਇੰਨੀ ਤਾਦਾਦ ਵਿੱਚ ਕਬੱਡੀ ਦਾ ਟੂਰਨਾਮੈਂਟ ਵਿੱਚ ਲੋਕ ਬੜੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਦੇਖ ਰਹੇ ਨੇ ਔਰ ਬੜਾ ਸਾਰੇ ਬੰਦੇ ਇੰਜੋਏ ਕਰਦੇ ਪਏ ਨੇ। ਔਰ ਇੱਕ ਖਾਸ ਗੱਲ ਜਿਹੜੀ ਇਹਨਾਂ ਨੇ ਇੱਕ ਕਾਰ ਰੱਖੀ ਹੈ ਜਿਹੜੀ ਕਿ ਪਲੇਅਰਸ ਨੂੰ ਨਹੀਂ ਜਾ ਰਹੀ, ਦਰਸ਼ਕਾਂ ਨੂੰ ਜਾ ਰਹੀ ਹੈ, ਜਿਹੜੇ ਦੇਖਣ ਆਏ ਨੇ ਉਹਨਾਂ ਨੂੰ ਜਾ ਰਹੀ ਹੈ। ਅਤੇ ਇਹ ਬਹੁਤ ਵੱਡਾ ਉਪਰਾਲਾ ਹੈ, ਮੈਂ ਸਾਰਿਆਂ ਨੂੰ, ਮੈਨੂੰ ਲੱਗਦਾ ਕਿ ਹਾਂ ਵੀ ਇਹ ਇਟ ਇਜ਼ ਗੋਇੰਗ ਟੂ ਬੀ ਵੈਰੀ ਸਕਸੈਸਫੁਲ ਇਵੈਂਟ, ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਸਾਰਿਆਂ ਨੂੰ। ਆਸਟ੍ਰੇਲੀਆ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਆਸਟ੍ਰੇਲੀਆ ਅਤੇ ਯੂਕੇ ਦੇ ਵਿਚਕਾਰ ਹੋਇਆ, ਜਿਸ 'ਚ ਆਸਟ੍ਰੇਲੀਆ ਨੇ 31 ਅੰਕ ਅਤੇ ਯੂਕੇ ਨੇ 28.5 ਅੰਕ ਹਾਸਲ ਕਰਕੇ ਵਿਸ਼ਵ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ। ਇਸ ਮੌਕੇ ਜੇਤੂ ਟੀਮ ਨੂੰ $21,000 ਅਤੇ ਟਰਾਫੀ ਅਤੇ ਦੂਜੇ ਨੰਬਰ 'ਤੇ ਰਹੀ ਕੈਨੇਡਾ ਟੀਮ ਨੂੰ $15,000 ਅਤੇ ਟਰਾਫੀ, ਬਾਕੀ ਆਈਆਂ ਸਾਰੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੈਲਬੋਰਨ ਆਸਟ੍ਰੇਲੀਆ ਤੋਂ ਖੁਸ਼ਬੀਰ ਸਿੰਘ ਸੁਨਾਮ ਦੀ ਵਿਸ਼ੇਸ਼ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।